ਕਿਸਾਨ ਸ਼ੁਭਕਰਨ ਨੂੰ ਅੱਜ ਅੰਤਿਮ ਸ਼ਰਧਾਂਜਲੀ ਦਿੱਤੀ ਗਈ ਹੈ। ਕਿਸਾਨ ਲੀਡਰ ਸਾਡੇ ਨਾਲ ਗੁਰਨਾਮ ਸਿੰਘ ਚੜੂਨੀ ਮੌਜੂਦ ਨੇ। ਚੜੂਨੀ ਸਾਹਿਬ, ਅੱਜ ਬਹੁਤ ਵੱਡਾ ਇਕੱਠ ਕੀਤਾ ਗਿਆ। ਅੱਜ ਜਿਹੜਾ ਨੌਜਵਾਨ ਸ਼ਹੀਦ ਹੋਇਆ ਹੈ ਉਹਨੂੰ ਸ਼ਰਧਾਂਜਲੀ ਦੇਣ ਦਾ ਦਿਨ ਸੀ ਅਤੇ ਬਾਕੀ ਜਿਹੜਾ ਜ਼ੁਲਮ ਕੀਤਾ ਹੈ ਸਰਕਾਰ ਨੇ ਉਹ ਬਿਲਕੁਲ ਗੰਭੀਰ ਸੋਚਣ ਵਾਲਾ ਹੈ ਕਿ ਜਿਹੜਾ ਉਹਨੂੰ ਸ਼ੁਭਕਰਨ ਨੂੰ ਗੋਲੀ ਮਾਰੀ ਗਈ ਹੈ ਉਹ ਪਿੱਛੋਂ ਗੋਲੀ ਮਾਰੀ ਗਈ ਹੈ, 2.25 ਕਿਲੇ ਬਾਰਡਰ ਤੋਂ ਦੂਰ ਹੈ ਜਿੱਥੇ ਮਾਰੀ ਗਈ ਹੈ, ਖੇਤਾਂ ਦੇ ਵਿੱਚ ਹੈ, ਉੱਥੇ ਕੋਈ ਉਪਦਰਾਓ ਨਹੀਂ, ਕੋਈ ਵੱਟਾ ਉੱਥੇ ਨਹੀਂ, ਕੋਈ ਕੁਛ ਉੱਥੇ ਨਹੀਂ। ਕਈਆਂ ਨੂੰ ਫੜ ਕੇ ਟੰਗਾਂ ਤੋੜੀਆਂ, ਕਈਆਂ ਨੂੰ ਕੁੱਟ ਕੇ ਬੋਰੀ 'ਚ ਪਾ ਕੇ ਲੈ ਗਏ ਨੇ, ਕਈਆਂ ਦੇ ਟਰੈਕਟਰ ਤੋੜੇ ਨੇ। ਇਹ ਬਿਲਕੁਲ ਜਿਹੜਾ ਹੈ ਗੈਰ ਕਾਨੂੰਨੀ ਹੈ। ਗੈਰ ਕਾਨੂੰਨੀ ਕੀ, ਸਗੋਂ ਇਹ ਤਾਂ ਗੁੰਡਾਗਰਦੀ ਹੈ, ਇਹਨੂੰ ਗੁੰਡਾਗਰਦੀ ਆਪਾਂ ਕਹਿ ਸਕਦੇ ਹਾਂ। ਹੁਣ ਜੇ ਫੋਰਸਾਂ ਹੀ ਗੁੰਡਾਗਰਦੀ ਕਰਨਗੀਆਂ ਜਾਂ ਸਰਕਾਰ ਗੁੰਡਾਗਰਦੀ ਕਰਾਏਗੀ ਤਾਂ ਫਿਰ ਇਹ ਤਾਂ ਸਰਕਾਰ ਜਿਹੜੀ ਉਹ ਦੂਜੀ ਖੁਦਾਈ ਹੁੰਦੀ ਹੈ ਅਤੇ ਉਹੀ ਜੇ ਆਪਣੇ ਜਨਤਾ ਨਾਲ ਅੱਤਿਆਚਾਰ ਕਰੇਗੀ ਤਾਂ ਫਿਰ ਕੀ ਉਹਦਾ ਰਿਜ਼ਲਟ ਅੱਗੇ ਨਿਕਲੇਗਾ? ਅੱਗੇ ਤਾਂ ਫਿਰ ਉਹਦੇ ਰਿਜ਼ਲਟ ਮਾੜੇ ਹੀ ਹੁੰਦੇ ਨੇ। ਹੁਣ ਇਸ ਕੈਮ ਦੇ ਵੱਲੋਂ ਔਰ ਜੋ ਸ਼ੰਭੂ ਧਰਨਾ ਲੱਗਿਆ ਹੋਇਆ, ਖਨੌਰੀ ਧਰਨਾ ਲੱਗਿਆ ਹੋਇਆ, ਅੱਗੇ ਦੀ ਰਣਨੀਤੀ ਕੀ ਕਿਸਾਨਾਂ ਵੱਲੋਂ ਕੀ ਹੈਗੀ ਹੈ? ਦੇਖੋ, ਇਹ ਤਾਂ ਜਿਹੜੇ ਪ੍ਰੋਗਰਾਮ, ਜਿਹੜੇ ਅੰਦੋਲਨ ਲੜ ਰਹੇ ਨੇ ਉਹ ਪ੍ਰੋਗਰਾਮ ਦੇ ਰਹੇ ਨੇ। ਉਹਨਾਂ 6 ਦਾ ਪ੍ਰੋਗਰਾਮ ਦਿੱਤਾ, ਉਹਨਾਂ 10 ਦਾ ਪ੍ਰੋਗਰਾਮ ਦਿੱਤਾ ਹੈ ਅਤੇ ਜਿਸ ਤਰ੍ਹਾਂ ਉਹ ਪ੍ਰੋਗਰਾਮ ਦੇ ਰਹੇ ਨੇ ਜਿੰਨੀ ਆਪਣੇ ਤੋਂ ਹੈਲਪ ਬਣੇਗੀ ਆਪਾਂ ਕਰੀ ਜਾਵਾਂਗੇ। ਹਰਿਆਣਾ ਦੇ ਵਿੱਚ ਇੱਕ ਕਿਸਾਨ ਪ੍ਰਿਤਪਾਲ ਸਿੰਘ ਜੋ ਲੰਗਰ ਵਰਤਾ ਰਿਹਾ ਸੀ ਉਹਨੂੰ ਵੀ ਕੁੱਟਮਾਰ ਕੀਤੀ ਗਈ ਹੈ ਹਰਿਆਣਾ ਪੁਲਿਸ ਦੇ ਵੱਲੋਂ, ਉਸ ਮਾਮਲੇ 'ਚ ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਕਿਹਾ ਇੱਕ ਨਹੀਂ, ਬਹੁਤਾਂ ਨਾਲ ਕੀਤੀ ਹੈ। ਹਰਿਆਣਾ ਦੇ ਕਈ ਜਿਹੜੇ 307 ਦਾ ਮੁਕੱਦਮਾ ਬਣਾ ਕੇ ਉਹਨਾਂ ਨੇ ਅੰਦਰ ਕੀਤੇ ਹੋਏ ਨੇ, ਉਹਨਾਂ ਦੇ ਅਸੀਂ ਘਰਾਓ ਰੱਖਿਆ 7 ਤਰੀਕ ਦਾ ਜੀਂਦ SP ਦਾ ਅਤੇ ਅਸੀਂ ਇਹ ਪ੍ਰੋਗਰਾਮ ਅਸੀਂ ਸਾਡੀ ਕੱਲੀਆ ਪਰਸੋਂ ਪੰਚਾਇਤ ਸੀ ਸਾਹਿਬ ਦੋਨਾਂ ਦੇ ਪਿੰਡ ਦੇ ਵਿੱਚ ਅਤੇ 7 ਤਰੀਕ ਦਾ ਅਸੀਂ ਘਿਰਾਓ ਰੱਖਿਆ SP ਦਾ ਅਤੇ ਕਿਉਂਕਿ ਉਹ ਜੀਂਦ ਜ਼ਿਲ੍ਹੇ 'ਚ ਪੈਂਦਾ ਹੈ ਅਤੇ ਕਈ ਕਿਸਾਨ ਜਿਹੜੇ ਨੇ ਹੋਰ ਵੀ ਅਜੇ ਅਰੈਸਟ ਨੇ, ਮੁਕੱਦਮੇ ਬਣਾ ਕੇ ਜਿਨ੍ਹਾਂ ਨੂੰ ਕਰ ਰਹੇ ਨੇ। ਪੰਜਾਬ ਅਤੇ ਹਰਿਆਣਾ ਦੇ ਮੁੱਦੇ 'ਤੇ ਕਈ ਵਾਰ ਅਸੀਂ ਦੇਖਿਆ ਕਿ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਬੜਾ ਖੁੱਲ੍ਹ ਕੇ ਬੋਲਦੇ ਨੇ ਪਰ ਹੁਣ ਬੜੇ ਸ਼ਾਂਤ ਨੇ। ਕਿਸਾਨਾਂ ਸ਼ੁਭਕਰਨ ਦੀ ਮੌਤ ਹੋਈ, ਪ੍ਰਿਤਪਾਲ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਕੋਈ ਵੀ ਬਿਆਨ ਉਹਨਾਂ ਦੇ ਵੱਲੋਂ ਨਹੀਂ ਆਇਆ? ਦੇਖੋ, ਚਲੋ ਉਹ ਤਾਂ ਸਰਕਾਰ 'ਚ ਨੇ, ਉਹਨਾਂ ਦੇ ਵੱਲੋਂ ਤਾਂ ਬਿਆਨ ਕਿਉਂ ਆਏਗਾ, ਪਰ ਜਿਹੜਾ ਗਲਤ ਆ ਉਹ ਗਲਤ ਹੀ ਰਹੇਗਾ। ਨਹੀਂ, ਹੁਣ ਚੰਡੀਗੜ੍ਹ ਤੁਸੀਂ ਪ੍ਰਿਤਪਾਲ ਜਿਹੜਾ PGI ਦਾਖਲ ਹੈ ਉਹਦੇ ਨਾਲ ਮੁਲਾਕਾਤ ਹੋਈ, ਪਰਿਵਾਰ ਨਾਲ ਮੁਲਾਕਾਤ ਸੀ? ਉਹਦੇ ਕੋਲ ਮੈਂ ਜਾਣਾ ਸੀ, ਮੇਰੇ ਬੇਟੇ ਦਾ ਮਿੱਤਰ ਹੈ, ਮੈਂ ਜਾਣਾ ਸੀ ਉਹਦੇ ਕੋਲ। ਉੱਥੋਂ ਛੁੱਟੀ ਦਿਵਾਉਣ ਦੇ ਵਿੱਚ ਬੜਾ ਜ਼ੋਰ ਲਾਇਆ ਉਹਨੂੰ, ਜਦੋਂ ਰੋਹਤਕ ਦਾਖਲ ਸੀ ਉਸੇ ਦੀ ਗੱਲ ਕਰ ਰਹੇ ਹੋ ਤੁਸੀਂ, ਉਹਦੇ 'ਚ ਮੈਂ ਬੜਾ ਜ਼ੋਰ ਲਾਇਆ। ਮੈਂ ਪੁਲਿਸ ਦੇ ਜਿਹੜੇ ਅਧਿਕਾਰੀ ਸੀ ਉਹਨਾਂ ਨੂੰ ਘੂਰਿਆ ਵੀ ਹੈ ਵੀ ਫਿਰ ਜੇ ਤੁਸੀਂ ਪੰਗਾ ਕਰਾਉਣਾ ਹੈ ਤਾਂ ਤੁਹਾਡੀ ਮਰਜ਼ੀ ਹੈ, ਨਹੀਂ ਤਾਂ ਛੁੱਟੀ ਮੰਗ ਰਹੇ ਨੇ, ਇਲਾਜ ਕਰਾਉਣ ਵਾਸਤੇ ਮੰਗ ਰਹੇ ਨੇ, ਅਤੇ ਤੁਸੀਂ ਛੁੱਟੀ ਉਹਨੂੰ ਕਿਉਂ ਨਹੀਂ ਦੇ ਰਹੇ? 307 ਦਾ ਤੁਸੀਂ ਮੁਕੱਦਮਾ ਉਹ 'ਤੇ ਦਰਜ ਕੀਤਾ ਹੈ, ਜਦੋਂ ਠੀਕ ਹੋਏਗਾ ਤਾਂ ਤੁਸੀਂ ਉਹ ਬਾਅਦ 'ਚ ਕਾਨੂੰਨੀ ਕਾਰਵਾਈ ਹੋ ਜਾਏਗੀ। ਘੂਰਨਾ ਸਗੋਂ ਪਿਆ, ਸਾਡੀ ਪੂਰੀ ਝੱਜਰ ਦੀ ਟੀਮ, ਪੂਰੀ ਰੋਹਤਕ ਦੀ ਟੀਮ ਉੱਥੇ ਰਹੀ ਮੌਕੇ 'ਤੇ। ਚੁਣੀ ਸਾਹਿਬ, ਇੱਕ ਲਾਸਟ ਸਵਾਲ, BJP ਵੱਲੋਂ ਕੱਲ੍ਹ ਆਪਣੀ ਲੋਕ ਸਭਾ ਚੋਣਾਂ ਦੇ ਲਈ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ, ਲਖੀਮਪੁਰ ਵਾਲਾ ਮਾਮਲਾ ਉਵੇਂ ਦਾ ਉਵੇਂ ਪਿਆ, ਇਨਸਾਫ਼ ਨਹੀਂ ਮਿਲਿਆ ਔਰ ਅਜੇ ਮਿਸ਼ਰਾ ਟੇਨੀ ਨੂੰ ਫਿਰ ਟਿਕਟ ਦੇ ਦਿੱਤੀ ਗਈ ਹੈ, ਕੀ ਕਹੋਗੇ? ਬਈ ਕੀ ਕਰ ਸਕਦੇ ਹਾਂ, ਇਹ ਤਾਂ ਮਤਲਬ ਇੱਕ ਗੁੰਡਿਆਂ ਨੂੰ ਪਾਲਣ ਵਾਲੀ ਗੱਲ ਹੈ। ਮੈਂ ਪਹਿਲਾਂ ਹੀ ਕਹਿ ਹਟਿਆ, ਸਰਕਾਰ ਜਿਹੜੀ ਉਹ ਦੂਜੀ ਖੁਦਾਈ ਹੁੰਦੀ ਹੈ, ਜੇ ਸਰਕਾਰ ਹੀ ਗੁੰਡਾਗਰਦੀ ਤੋਂ ਤਰੇ ਫਿਰ ਬਚਾਏਗਾ ਕੌਣ? ਉਹ ਤਾਂ ਬਖਤੀ ਮਾੜੇ ਵਾਲੀ ਗੱਲ ਕਹਿ ਲਓ ਦੇਸ਼ ਦੀ ਫਿਰ ਜੀ। ਸੋ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਅਗਲਾ ਪ੍ਰੋਗਰਾਮ 10 ਅਤੇ 6 ਤਰੀਕ ਦਾ 6 ਮਾਰਚ ਨੂੰ ਦਿੱਲੀ ਦਾ ਉਲੂਕਿਆ ਗਿਆ ਜਥੇਬੰਦੀਆਂ ਦੇ ਵੱਲੋਂ ਔਰ ਜੋ BJP ਦੇ ਵੱਲੋਂ ਅਜੇ ਮਿਸ਼ਰਾ ਟੇਨੀ ਨੂੰ ਟਿਕਟ ਦਿੱਤੀ ਗਈ ਹੈ, ਉਸ ਮਾਮਲੇ ਦੇ ਵਿੱਚ ਵੀ ਉਹਨਾਂ ਨੇ BJP ਦੀ ਪਾਰਟੀ ਦੀ ਨਿੰਦਾ ਕੀਤੀ ਹੈ। ਕੈਮਰਾਮੈਨ ਲਾਲਤਾ ਪ੍ਰਸਾਦ ਦੇ ਨਾਲ ਅਸ਼ਰਫ ਢੁੱਡੀ, ਪਿੰਡ ਵੱਲੋਂ, ਜ਼ਿਲ੍ਹਾ ਬਠਿੰਡਾ, ABP ਸਾਂਝਾ।